पंजाब सिक्स पे कमीशन लेटेस्ट न्यूज। हाँ जी दोस्तों, पंजाब सिक्स पे कमीशन नू लैके पंजाब दे मुलाजमान लई हुणे हुणे तीन नवे नोटिफिकेशन जारी किए गए हैं जी। सो आपां वीडियो विच तिना नोटिफिकेशन बारे गल करांगे। इन्हां लई जानण लई जिहड़ा वीडियो नू पूरा जरूर देखो। पंजाब सिक्स पे कमीशन पंजाब दे मुलाजमान ते पेंशनर संबंधी हर अपडेट पाउण लई चैनल नू सबसक्राइब करो, बैल दा आइकन प्रेस करो ताकि आने वाली हर वीडियो का नोटिफिकेशन ਤੁਹਾਡੇ ਕੋਲ ਪਹੁੰਚ ਸਕੇ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਅਪਡੇਟ ਤੇ ਲੈ ਚੱਲਦੇ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ। ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ, ਇਹ ਹੈ ਜੀ ਆਫੀਸ਼ੀਅਲ ਨੋਟੀਫਿਕੇਸ਼ਨ। ਸਭ ਤੋਂ ਪਹਿਲਾਂ ਨੋਟੀਫਿਕੇਸ਼ਨ DR ਯਾਨੀ ਕਿ DNS ਰਿਲੀਫ ਮਹਿੰਗਾਈ ਰਾਹਤ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ। ਜਿਵੇਂ ਕਿ ਮੁਲਾਜ਼ਮਾਂ ਨੂੰ 1 ਜਨਵਰੀ 2016 ਤੋਂ DA ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਠੀਕ ਉਸੇ ਤਰ੍ਹਾਂ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਦੇ ਲਈ ਵੀ 1 ਜਨਵਰੀ 2016 ਤੋਂ DR यानी कि महंगाई राहत देने का नोटिफिकेशन जारी कर दिया गया है। दरां रेट्स विच कोई भी बदलाव नहीं किया गया। जो DA की दरां 6वें पे कमीशन विच कर्मचारियों नूं दित्तियां गईयां सन, उही दरां पेंशनरां नूं भी दित्तियां गईयां। नाल ही पंजाब सरकार ने DA नूं लैके भी एक इंपोर्टेंट गल लिखी है। इहदे विच लिखिया है जी, एरियर नूं लैके पंजाब सरकार ने एरियर देण तों साफ मना कर दिता है ਅਤੇ ਕਿਹਾ ਹੈ ਕਿ ਪੈਨਸ਼ਨਰ ਨੂੰ DR ਦਾ ਏਰੀਅਰ ਆਉਣ ਵਾਲੇ ਭਵਿੱਖ ਵਿੱਚ ਹੀ ਦਿੱਤਾ ਜਾਵੇਗਾ। ਹੁਣ ਗੱਲ ਕਰਦੇ ਹਾਂ ਜੀ ਦੂਜੇ ਨੋਟੀਫਿਕੇਸ਼ਨ ਬਾਰੇ ਜੋ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ। ਦੂਜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਫਿਕਸ ਮੈਡੀਕਲ ਅਲਾਉਂਸ ਨੂੰ ਲੈ ਕੇ, ਠੀਕ ਹੈ ਜੀ। ਜਾਰੀ ਕੀਤਾ ਗਿਆ ਹੈ ਪੰਜਾਬ ਦੇ ਪੈਨਸ਼ਨਰ ਅਤੇ ਫੈਮਿਲੀ ਪੈਨਸ਼ਨਰ ਨੂੰ 1000 ਰੁਪਏ ਪ੍ਰਤੀ ਮਹੀਨਾ ਫਿਕਸ ਮੈਡੀਕਲ ਭੱਤਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਫਿਕਸਡ ਮੈਡੀਕਲ ਭੱਤਾ 1 ਜੁਲਾਈ 2021 ਤੋਂ। ਕਰਦੇ ਹਾਂ ਜੀ ਤੀਜੇ ਨੋਟੀਫਿਕੇਸ਼ਨ ਬਾਰੇ। ਤੀਜਾ ਨੋਟੀਫਿਕੇਸ਼ਨ ਪੈਨਸ਼ਨਰ ਤੇ ਫੈਮਿਲੀ ਪੈਨਸ਼ਨਰ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ। ਉਹ DR ਯਾਨੀ ਕਿ ਮਹਿੰਗਾਈ ਰਾਹਤ ਨੂੰ ਲੈ ਕੇ ਹੀ ਜਾਰੀ ਕੀਤਾ ਗਿਆ ਹੈ। ਜਿਵੇਂ ਕਿ ਦੀਵਾਲੀ ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 11% DA DR ਦੇਣ ਦੀ ਘੋਸ਼ਣਾ ਕੀਤੀ ਗਈ ਸੀ, ਕਰਮਚਾਰੀਆਂ ਲਈ DA ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਸੀ, ਪਰ ਪੈਨਸ਼ਨਰਾਂ ਲਈ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਸੀ। ਹੁਣ ਇਹ ਨੋਟੀਫਿਕੇਸ਼ਨ ਪੈਨਸ਼ਨਰਾਂ ਲਈ ਵੀ ਜਾਰੀ ਕਰ ਦਿੱਤਾ ਗਿਆ ਹੈ। ਪੈਨਸ਼ਨਰ ਅਤੇ ਫੈਮਿਲੀ ਪੈਨਸ਼ਨਰਾਂ ਲਈ ਵੀ ਨੂੰ ਵੀ 11% DA DR ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹੁਣ ਇਹਨਾਂ ਲਈ ਮਹਿੰਗਾਈ ਰਾਹਤ 17 ਤੋਂ 28% ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਵਾਧਾ 1 ਜੁਲਾਈ 2021 ਤੋਂ ਨਹੀਂ ਬਲਕਿ 1 ਨਵੰਬਰ 2021 ਤੋਂ ਲਾਗੂ ਹੋਵੇਗਾ, ਜਦੋਂ ਕਿ ਸਰਕਾਰ ਨੇ 1 ਜੁਲਾਈ 2021 ਤੋਂ 11% DA DR ਦੇਣ ਦੀ ਘੋਸ਼ਣਾ ਕੀਤੀ ਸੀ। ਸੋ ਇਹ ਸੀ ਜੀ ਤਿੰਨ ਨੋਟੀਫਿਕੇਸ਼ਨ ਜਿਹੜੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੈ, ਜੋ ਤੁਹਾਡੇ ਨਾਲ ਸ਼ੇਅਰ ਕੀਤੇ ਹੈ। ਸੋ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਵੇਗੀ ਅਤੇ ਇਸੇ ਤਰ੍ਹਾਂ ਦੀ ਅਪਡੇਟ ਪਾਉਣ ਲਈ ਚੈਨਲ ਨਾਲ ਜੁੜੇ ਰਹੋ। ਸੋ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਨਾਲ। ਥੈਂਕ ਯੂ।